ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪਣੀ ਆਪਣੀ ਮਨ ਬਿਰਤ ਨੂੰ ਇਕਾਗਰ ਕਰ ਲਈਏ ਅਤੇ ਗੱਜ ਕੇ ਆਖ ਲਈਏ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਗੁਰਸਾਖੀ ਭਾਗ ਪਹਿਲਾਂ ਵਿੱਚੋਂ ਲਈ ਗਈ ਹੈ। ਅੱਜ ਦੀ ਸਾਖੀ ਦਾ ਵਿਸ਼ਾ ਹੈ ਪ੍ਰੀਤਮ ਸਿੰਘ ਬਾ ਇੱਜ਼ਤ ਬਰੀ। ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਅਕਸਰ ਆਪਣੇ ਪ੍ਰਵਚਨਾਂ ਵਿੱਚ ਹੁਕਮ ਕਰਿਆ ਕਰਦੇ ਸਨ ਕਿ ਕਿਤੇ ਵੀ ਜਾਓ, ਤੁਰਨ ਤੋਂ ਪਹਿਲੋਂ ਸਤਿਗੁਰਾਂ ਚਰਨਾਂ ਵਿੱਚ ਅਰਦਾਸ ਕਰੋ। ਅਰਦਾਸ ਹਰ ਸਿੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਅਤੇ ਸਿੱਖ ਧਰਮ ਦਾ ਅਟੁੱਟ ਅੰਗ ਹੈ ਅਤੇ ਹਰ ਅਰਦਾਸ ਵਿੱਚ ਅਸੀਂ ਸਰਬੱਤ ਦੇ ਭਲੇ ਦੀ ਯਾਚਨਾ ਕਰਦੇ ਹਾਂ। ਅਜਿਹੀਆਂ ਬਹੁਤ ਸਾਰੀਆਂ ਸਾਖੀਆਂ ਅਤੇ ਘਟਨਾਵਾਂ ਵੀ ਸਾਡੇ ਧਰਮ ਪ੍ਰਚਾਰ ਦਾ ਹਿੱਸਾ ਹਨ। ਉਂਝ ਵੀ ਸਾਡੇ ਸਿੱਖਾਂ ਦਾ ਸੁਭਾਅ ਹੈ ਕਿ ਉਂਝ ਭਾਵੇਂ ਅਵੇਸਲੇ ਰਹੀਏ, ਪਰ ਕਿਤੇ ਕੋਈ ਭੀੜ ਬਣਦੀ ਹੈ ਤਾਂ ਹੱਥ ਜੋੜ ਇਕਾਗਰ ਹੋ ਗੁਰੂ ਚਰਨਾਂ ਵਿੱਚ ਅਰਦਾਸ ਜ਼ਰੂਰ ਹੀ ਕਰਦੇ ਹਾਂ। ਐਵੇਂ ਹੀ ਇੱਕ ਘਟਨਾ ਸਰਦਾਰ ਪ੍ਰੀਤਮ ਸਿੰਘ ਬਾਲੀ ਨਗਰ ਦਿੱਲੀ ਨਾਲ ਵੀ ਸੰਬੰਧ ਹੈ, ਜੋ ਬਾਕੀ ਗੁਰੂ ਪਿਆਰਿਆਂ ਲਈ ਵੀ ਪ੍ਰੇਰਣਾਦਾਇਕ ਹੋਏਗੀ। ਸਰਦਾਰ ਪ੍ਰੀਤਮ ਸਿੰਘ ਹੋਰਾਂ ਦੀ ਚੱਪਲਾਂ ਬਣਾਉਣ ਦੀ ਫੈਕਟਰੀ ਸੀ। ਫੈਕਟਰੀ ਵਿੱਚ ਕੰਮ ਕਰਦੀ ਲੇਬਰ ਨੇ ਕਿਸੇ ਕਾਮਰੇਡ ਟਾਈਪ ਲੀਡਰ ਦੀ ਚੁੱਕ ਚੁਕਾਈ ਵਿੱਚ ਐਵੇਂ ਹੀ ਕਲੇਸ਼ ਖੜ੍ਹਾ ਕਰ ਲਿਆ। ਛੋਟੀ ਜਿਹੀ ਗੱਲ ਤੋਂ ਬਾਅਦ ਬਾਤ ਦਾ ਬਤੰਗੜ ਬਣਾ ਕੇ ਵੱਡੀ ਅਲਸੇਟ ਖੜ੍ਹੀ ਕਰ ਦਿੱਤੀ। ਲੇਬਰ ਦੀ ਪਿੱਠ 'ਤੇ ਅਕਸਰ ਕੋਈ ਮੌਕਾ ਪ੍ਰਸਤ ਲੋਕ ਅਜਿਹੇ ਮੌਕਿਆਂ ਦੀ ਭਾਲ ਵਿੱਚ ਹੀ ਰਹਿੰਦੇ ਹਨ। ਗੱਲ ਵੱਧਦੀ ਜ਼ਿਆਦਾ ਹੀ ਵੱਧ ਗਈ। ਸਰਦਾਰ ਪ੍ਰੀਤਮ ਸਿੰਘ ਹੋਰਾਂ ਸਤਿਗੁਰੂ ਜਗਜੀਤ ਸਿੰਘ ਜੀ ਕੋਲ ਆਪਣੀ ਤਕਲੀਫ ਅਤੇ ਉਸ ਦੀ ਨਿਵਿਰਤੀ ਲਈ ਅਰਜ਼ ਕੀਤੀ। ਪਾਤਸ਼ਾਹ ਜੀ ਨੇ ਕੁਝ ਅਸਰ ਰਸੂਖ ਵਾਲੇ ਮੁਹਤਬਰ ਨਾਮਧਾਰੀਆਂ ਦੀ ਇਹ ਝਗੜਾ ਹੱਲ ਕਰਵਾਉਣ ਦੀ ਡਿਊਟੀ ਲਾਈ। ਜਦੋਂ ਲੇਬਰ ਦੇ 2-3 ਮੁਖੀਆਂ ਨੂੰ ਉਹਨਾਂ ਮੁਹਤਬਾਰਾਂ ਬੈਠ ਕੇ ਗੱਲ ਕਰਨ ਲਈ ਕਿਹਾ ਤਾਂ ਉਹ ਹੋਰ ਕਈ ਅੜਮ ਚੌਧਰੀਆਂ ਨੂੰ ਲਾਣ ਲੈ ਆਏ। ਗੱਲ ਕਿਸੇ ਤਣ ਪਤਣ ਤਾਂ ਕੀ ਲੱਗਣੀ ਸੀ, ਸਗੋਂ ਹੋਰ ਵੱਧ ਗਈ। ਮਜ਼ਦੂਰ ਲੀਡਰਾਂ ਸਰਦਾਰ ਪ੍ਰੀਤਮ ਸਿੰਘ ਹੋਰਾਂ ਨੇ ਤੇ ਕੇਸ ਅਤੇ ਅਦਾਲਤ ਵਿੱਚ ਘਸੀਟਣ ਦੀ ਧਮਕੀ ਦੇ ਮਾਰੀ ਅਤੇ ਉਹਨਾਂ ਇੱਕ ਨਿਰਾ ਝੂਠ ਦਾ ਪੁਲੰਦਾ ਬਣਾ ਕੇ ਪ੍ਰੀਤਮ ਸਿੰਘ ਹੋਰਾਂ ਖਿਲਾਫ਼ ਪੁਲਿਸ ਸਟੇਸ਼ਨ ਵਿੱਚ ਪਰਚਾ ਕਰ ਦਿੱਤਾ। ਕੇਸ ਵਿੱਚ ਧਾਰਾਵਾਂ ਵੀ ਉਹ ਲਗਵਾਈਆਂ ਕਿ ਪ੍ਰੀਤਮ ਸਿੰਘ ਨੂੰ ਕੜੀ ਵੀ ਲੱਗਦੀ ਅਤੇ ਕੈਦ ਵੀ ਹੋ ਸਕਦੀ ਸੀ। ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਪੁਲਿਸ ਉਹਨਾਂ ਨੂੰ ਲੈਣ ਆ ਰਹੀ ਹੈ ਅਤੇ ਹੱਥਕੜੀ ਵੀ ਲਗਾਉਣਗੇ, ਤਾਂ ਉਹਨਾਂ ਗੱਲ ਵਿੱਚ ਪੱਲਾ ਪਾ ਕੇ ਸਤਿਗੁਰੂ ਜਗਜੀਤ ਸਿੰਘ ਜੀ ਅੱਗੇ ਡੱਡੀਆਂ ਦੀ ਅਰਦਾਸ ਕੀਤੀ। ਪਾਤਸ਼ਾਹ, ਤੂੰ ਤਾਂ ਜਾਣਦਾ ਹੈ ਮੈਂ ਸੱਚਾ ਹਾਂ ਅਤੇ ਮੈਂ ਮਜ਼ਦੂਰਾਂ ਨਾਲ ਕੋਈ ਧੱਕਾ ਵੀ ਨਹੀਂ ਕੀਤਾ। ਇਹ ਤਾਂ ਕੁਝ ਗਲਤ ਕਿਸਮ ਦੇ ਮਜ਼ਦੂਰ ਲੀਡਰਾਂ ਦੀ ਮੇਰੇ ਖਿਲਾਫ ਸਾਜ਼ਿਸ਼ ਹੈ। ਉਹ ਈਰਖਾ ਵਸ ਮੈਨੂੰ ਦਬਾਉਣਾ ਚਾਹੁੰਦੇ ਹਨ। ਸਾਡਾ ਜ਼ੋਰ ਤਾਂ ਤੇਰੇ ਅੱਗੇ ਹੀ ਹੈ, ਕਿਰਪਾ ਕਰੀ। ਮਾਣ ਇੱਜ਼ਤ ਬਣਿਆ ਰਹੇ, ਇਹ ਲੋਕ ਮੇਰੇ ਹੱਥਕੜੀ ਲਵਾਉਣ 'ਤੇ ਤੁਲੇ ਹੋਏ ਹਨ। ਜੇ ਹੱਥਕੜੀ ਲੱਗ ਗਈ ਤਾਂ ਮੇਰੇ ਪੱਲੇ 'ਤੇ ਕੁਝ ਨਹੀਂ ਰਹਿਣਾ। ਹੁਣ ਤਾਂ ਤੇਰੇ ਰੱਖਣ ਦਾ ਨਾ, ਕਿਰਪਾ ਕਰੀ, ਤੇਰੇ ਆਪਣੇ ਸੇਵਕ ਦੀ ਰੱਖਿਆ ਕਰੀ। ਮਿਹਰ ਭਰਿਆ ਹੱਥ ਸਿਰ 'ਤੇ ਰੱਖੀ। ਪ੍ਰੀਤਮ ਸਿੰਘ ਦੀ ਅਰਦਾਸ ਇੱਕ ਵੇਦਨਾ ਬਣ ਗਈ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਸਤਿਗੁਰੂ ਮੇਰੀ ਅਰਜ਼ ਸੁਣ ਰਿਹਾ ਹੈ ਅਤੇ ਵਿਸ਼ਵਾਸ ਹੋ ਗਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਉਸ ਦੀ ਪੱਤ ਰੱਖਣਗੇ, ਵਾਲ ਵੀ ਵਿੰਗਾ ਨਹੀਂ ਹੋਣ ਦੇਣਦੇ। ਤਦੇ ਬਾਹਰ ਦਰਵਾਜ਼ੇ ਦੀ ਘੰਟੀ ਖੜਕੀ। ਪ੍ਰੀਤਮ ਸਿੰਘ ਹੋਰੀ ਦਰਵਾਜ਼ਾ ਖੋਲ੍ਹਿਆ ਤਾਂ ਪੁਲਿਸ ਦੀ ਜੀਪ, 4-5 ਸਿਪਾਹੀ, ਪਰ ਉਹਨਾਂ ਆਦਰ ਪੂਰਵਕ ਹੀ ਜੀਪ ਵਿੱਚ ਬਿਠਾਇਆ ਅਤੇ ਕੋਰਟ ਲੈ ਗਏ।
ਹੱਥਕੜੀ ਤੱਕ ਦੀ ਗੱਲ ਵੀ ਨਹੀਂ ਕੀਤੀ। ਕਾਨੂੰਨੀ ਜਿਹੜੀਆਂ ਧਾਰਾਵਾਂ ਇਸ ਕੇਸ ਵਿੱਚ ਪ੍ਰੀਤਮ ਸਿੰਘ 'ਤੇ ਲੱਗੀਆਂ ਸਨ, ਵਿੱਚ ਸਿਪਾਹੀ ਜੱਜ ਦੇ ਸਾਹਮਣੇ ਹੱਥਕੜੀ ਖੋਲ੍ਹ ਕੇ ਮੁਜਰਮ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ। ਇਸ ਲਈ ਮਜਬੂਰਨ ਸਿਪਾਹੀ ਜੱਜ ਦੇ ਆਉਣ ਤੋਂ ਪਹਿਲਾਂ ਪ੍ਰੀਤਮ ਸਿੰਘ ਹੋਰਾਂ ਨੂੰ ਹੱਥਕੜੀ ਲਾਉਣ ਲੱਗਾ। ਉਸ ਨੇ ਅਜੇ ਹੱਥਕੜੀ ਦੀਆਂ ਸੰਗਲੀਆਂ ਖੜਕਾਈਆਂ ਹੀ ਸਨ ਅਤੇ ਪ੍ਰੀਤਮ ਸਿੰਘ ਹੋਰਾਂ ਦਾ ਹੱਥ ਫੜਨ ਲੱਗਾ ਹੀ ਸੀ ਕਿ ਅਦਾਲਤ ਵਿੱਚ ਬੈਠੇ ਇੱਕ ਰੋਹ ਵਾਲੇ ਪ੍ਰਭਾਵਸ਼ਾਲੀ ਵਿਅਕਤੀ ਨੇ ਬੜੀ ਤੜਕਵੀਂ ਆਵਾਜ਼ ਵਿੱਚ ਪੁਲਿਸ ਵਾਲੇ ਨੂੰ ਕਿਹਾ, ਇਹ ਕੀ ਕਰਨ ਲੱਗਾ ਹੈ ਤੂੰ? ਦਿਸਦਾ ਨਹੀਂ ਕਿਹੜਾ ਗੁਰਮੁਖ ਸਿੱਖ ਹੈ, ਤੈਨੂੰ ਇਸਦੀ ਦਸਤਾਰ ਨਹੀਂ ਦਿਸਦੀ, ਉਹਦਾ ਚਿਹਰਾ ਨਹੀਂ ਦਿਸਦਾ, ਇਹ ਤਾਂ ਅਜਿਹੀ ਕਮੀਨੀ ਹਰਕਤ ਕਰ ਵੀ ਨਹੀਂ ਸਕਦਾ। ਸਿਪਾਹੀ ਨੇ ਆਪਣੀ ਮਜਬੂਰੀ ਦੱਸੀ ਤਾਂ ਉਸ ਆਖਿਆ, ਕੋਈ ਲੋੜ ਨਹੀਂ ਕਟਹਿਰੇ ਵਿੱਚ ਖੜੀ ਕਰਨ ਦੀ, ਨਾਲ ਹੱਥ ਫੜ ਕੇ ਖੜ ਜਾ ਅਤੇ ਹੱਥਕੜੀ ਅਤੇ ਸੰਗਲ ਦੋਵਾਂ ਦੇ ਹੱਥਾਂ ਉੱਪਰ ਸੁੱਟ ਲੈ। ਪੁਲਿਸੀਆ ਨੇ ਇਹਨੇ ਐਵੇਂ ਹੀ ਕੀਤਾ। ਜੱਜ ਆਇਆ, ਅਦਾਲਤ ਦੀ ਕਾਰਵਾਈ ਸ਼ੁਰੂ ਹੋਈ। ਜੱਜ ਨੇ ਮੇਰੇ ਕੇਸ ਦੀ ਫਾਈਲ ਖੋਲ੍ਹੀ ਅਤੇ ਆਖਣ ਲੱਗਾ, ਪ੍ਰੀਤਮ ਸਿੰਘ ਤੇਰਾ ਵਕੀਲ? ਪ੍ਰੀਤਮ ਸਿੰਘ ਹੋਰ ਆਖਿਆ, ਜੱਜ ਸਾਹਿਬ, ਅਸੀਂ ਨਾਮਧਾਰੀ ਹਾਂ ਅਤੇ ਸਾਡੇ ਗੁਰੂ ਦਾ ਹੁਕਮ ਹੈ ਕਿ ਝੂਠ ਨਹੀਂ ਬੋਲਣਾ, ਇਸ ਲਈ ਜੋ ਵੀ ਕਹਿਣਾ ਹੋਵੇ ਸੱਚ ਹੀ ਕਹਿੰਦੇ ਹਾਂ। ਦੂਸਰੇ ਅਸੀਂ ਕਿਸੇ ਦਾ ਹੱਕ ਨਹੀਂ ਰੱਖਦੇ, ਸਗੋਂ ਦੂਸਰੇ ਦੇ ਹੱਕ ਦੀ ਰਾਖੀ ਕਰਦੇ ਹਾਂ। ਇਸ ਲਈ ਮੈਨੂੰ ਵਕੀਲ ਦੀ ਲੋੜ ਨਹੀਂ ਜਾਪੀ, ਮੈਂ ਵਕੀਲ ਕੀਤਾ ਹੀ ਨਹੀਂ, ਮੈਂ ਕਿਹੜਾ ਕੋਈ ਝੂਠ ਬੋਲਣਾ ਸੀ ਜਿਹੜਾ ਵਕੀਲ ਕਰਦਾ। ਜੱਜ ਪ੍ਰੀਤਮ ਸਿੰਘ ਦੀ ਗੱਲਬਾਤ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਜਦੋਂ ਜੱਜ ਨੇ ਪ੍ਰੀਤਮ ਸਿੰਘ ਦੇ ਕੇਸ ਕਰਨ ਵਾਲਿਆਂ ਨੂੰ ਕਟਹਿਰੇ ਵਿੱਚ ਬੁਲਾਇਆ ਤਾਂ ਵੇਖਦਿਆਂ ਬੋਲਿਆ, ਕੋਈ ਬੰਦਾ ਕੋ ਬੰਦਾ ਵੀ ਵੇਖ ਲਿਆ ਕਰੋ, ਝੂਠੇ ਕੇਸ ਬਣਾਉਣ ਲੱਗਿਆਂ। ਜਾਪਦਾ ਸੀ ਜਿਵੇਂ ਜੱਜ ਇਹਨਾਂ ਕੇਸ ਕਰਨ ਵਾਲਿਆਂ ਨੂੰ ਪਹਿਚਾਣਦਾ ਸੀ ਕਿ ਝੂਠੇ ਕੇਸ ਕਰਕੇ ਪੈਸੇ ਬਟੋਰਨਾ ਇਹਨਾਂ ਦਾ ਧੰਦਾ ਹੀ ਹੈ। ਜੱਜ ਨੇ ਪ੍ਰੀਤਮ ਸਿੰਘ ਵੱਲ ਮੂੰਹ ਕਰਦਿਆਂ ਕਿਹਾ, ਬਾ ਇੱਜ਼ਤ ਬਰੀ। ਸਰਦਾਰ ਪ੍ਰੀਤਮ ਸਿੰਘ ਦਾ ਸਿਰ ਸਤਿਗੁਰੂ ਜਗਜੀਤ ਸਿੰਘ ਚਰਨਾਂ ਵਿੱਚ ਜਾ ਚੁੱਕਿਆ। ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਿ ਸ਼੍ਰੀ ਅਕਾਲ।